ਸਾਥੀਓ, ਬੜੇ ਦੁਖੀ ਹਿਰਦੇ ਦੇ ਨਾਲ ਮੈਂ ਆਪ ਜੀ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ। ਮੁੱਦਾ ਉਹੀ ਹੈ, ਫਗਵਾੜੇ ਦੇ ਵਿੱਚ ਇੱਕ ਧਾਰਮਿਕ ਸਥਾਨ ਦੇ ਵਿੱਚ ਇੱਕ ਵਿਸ਼ਾਲ ਕਪੂਰ ਨਾਮ ਦੇ ਬੇਦੋਸ਼ੇ ਭੋਲੇ ਭਾਲੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਧਾਰਮਿਕ ਗੁੰਡਿਆਂ ਵੱਲੋਂ, ਦਹਿਸ਼ਤਗਰਦ ਅੱਤਵਾਦੀਆਂ ਦੇ ਵੱਲੋਂ। ਅਤੇ ਫਿਰ ਇਹ ਦਹਿਸ਼ਤਗਰਦ ਅੱਤਵਾਦੀ ਉਸਦਾ ਕਤਲ ਕਰਕੇ ਆਪਣੇ ਅੱਤਵਾਦੀ ਦਹਿਸ਼ਤਗਰਦ ਹੋਣ ਦਾ ਸਬੂਤ ਦੇ ਰਹੇ ਸਨ। ADGP ਸਾਹਿਬ ਦੀ ਜੋ ਸਟੇਟਮੈਂਟ ਹੈ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਆ ਕਿ ਉਹਨਾਂ ਦੀ ਸਟੇਟਮੈਂਟ ਦੇ ਅਨੁਸਾਰ ਕਿ ਇਸ ਬੱਚੇ ਦਾ ਨਾਮ ਜਿਹਦਾ ਕਤਲ ਕੀਤਾ ਗਿਆ ਆ ਧਾਰਮਿਕ ਸਥਾਨ ਦੇ ਵਿੱਚ ਧਾਰਮਿਕ ਗੁੰਡਿਆਂ ਵੱਲੋਂ, ਦਹਿਸ਼ਤਗਰਦ ਅੱਤਵਾਦੀਆਂ ਵੱਲੋਂ, ਉਸ ਬੱਚੇ ਦਾ ਨਾਮ ਵਿਸ਼ਾਲ ਕਪੂਰ। ਬਿਲਕੁਲ ਸਹੀ ਸੁਣਿਆ ਤੁਸੀਂ, ਉਸ ਬੱਚੇ ਦਾ ਨਾਮ ਵਿਸ਼ਾਲ ਕਪੂਰ ਹੈ। ਜੋ ਇੱਕ ਸਟੇਟਮੈਂਟ ਸਾਹਮਣੇ ਆ ਰਹੀ ਹੈ, ਉਸ ਬੱਚੇ ਦੇ ਮਾਂ ਬਾਪ ਦੋਨੋਂ ਜਿਹੜੇ ਨੇ ਮਰ ਚੁੱਕੇ ਨੇ। ਉਹ ਆਪਣੀ ਦਾਦੀ ਦੇ ਨਾਲ ਦਿੱਲੀ ਦੇ ਵਿੱਚ ਰਹਿ ਰਿਹਾ ਸੀਗਾ, ਔਰ ਦਿੱਲੀ ਦੇ ਵਿੱਚ ਉਹਦੇ ਦਾਦੀ ਜੀ ਦੀ ਡੈਥ ਤੋਂ ਬਾਅਦ ਉਹਦੀ ਮਾਨਸਿਕ ਹਾਲਾਤ ਜਿਹੜੇ ਨੇ ਉਹ ਵਿਗੜ ਗਏ ਸਨ। ਅਤੇ ਉਹ ਬੱਚਾ ਕਿਸ ਸਾਜਿਸ਼ ਦੇ ਨਾਲ ਉਹ ਪੰਜਾਬ ਦੇ ਵਿੱਚ ਆਇਆ, ਮੈਨੂੰ ਤਾਂ ਲੱਗਦਾ ਆ ਕਿ ਜਿਸ ਤਰ੍ਹਾਂ ਸਿੰਘੂ ਬਾਰਡਰ ਦੇ ਉੱਤੇ ਅੱਤਵਾਦੀਆਂ ਦਹਿਸ਼ਤਗਰਦਾਂ ਵੱਲੋਂ ਪਲੈਨਿੰਗ ਕਰਕੇ ਇੱਕ ਮੰਦਬੁੱਧੀ ਵਿਅਕਤੀ ਚੁਣਿਆ ਗਿਆ ਸੀਗਾ ਤਾਂ ਕਿ ਰਾਤੋਂ ਰਾਤ ਉਹ ਸਟਾਰ ਬਣ ਜਾਣ, ਰਾਤੋਂ ਰਾਤ ਕਰੋੜਾਂ ਰੁਪਈਆ ਫੰਡਿੰਗ ਉਹਨਾਂ ਨੂੰ ਬਾਹਰੋਂ ਆ ਸਕੇ। ਅਤੇ ਕਿਸਾਈਆਂ ਨੂੰ ਕਿਸਾਈ ਫੰਡਿੰਗ ਵੀ ਭੇਜਦੇ ਨੇ, ਇਹ ਜਿਹੜੇ ਧਾਰਮਿਕ ਕਿਸਾਈ ਨੇ ਇਹਨਾਂ ਨੂੰ ਬਾਹਰਲੇ ਮੁਲਕਾਂ ਤੋਂ ਕੁਛ ਕਿਸਾਈ ਨੇ ਜਿਹੜੇ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਇਹਨਾਂ ਨੂੰ ਪੈਸੇ ਵੀ ਭੇਜਦੇ ਨੇ। ਜਿਸ ਤਰ੍ਹਾਂ ਉਸ ਨੂੰ ਪਲੈਨ ਕਰਕੇ 15 ਦਿਨ ਪਹਿਲਾਂ ਆਪਣੇ ਨਾਲ ਰੱਖਿਆ ਗਿਆ, ਉਸ ਨੂੰ ਲਾਲਚ ਦਿੱਤਾ ਗਿਆ, ਉਸ ਨੂੰ ਇਹ ਗੱਲ ਕਹੀ ਗਈ ਆ ਕਿ ਤੈਨੂੰ ਜੋ ਵੀ ਖਾਣ ਪੀਣ ਨੂੰ ਚਾਹੀਦਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੈਨੂੰ ਮਿਲਣਗੀਆਂ। ਜਿਸ ਤਰ੍ਹਾਂ ਕਿ ਉਸ ਨੂੰ ਲੰਗਰ ਦਾ ਲਾਲਚ ਦਿੱਤਾ ਗਿਆ, ਉਸ ਬੱਚੇ ਨੂੰ, ਉਸ ਵਿਅਕਤੀ ਨੂੰ ਸਿੰਘੂ ਬਾਰਡਰ ਦੇ ਉੱਤੇ ਜਿਹਨੂੰ ਵੱਢਿਆ ਸੀਗਾ, ਉਸ ਨੂੰ ਜੇ ਉਹ ਮਾੜਾ ਮੋਟਾ ਮੰਨ ਲਓ ਕੋਈ ਨਸ਼ਾ ਪੱਤਾ ਕਰਦਾ ਸੀਗਾ, ਕੋਈ ਭੰਗ ਵੰਗ ਪੀਂਦਾ ਸੀਗਾ, ਤੇ ਇਹਨਾਂ ਨੇ ਉਹਨੂੰ ਕਿਹਾ ਸੀਗਾ ਵੀ ਤੈਨੂੰ ਇੱਥੇ ਫ੍ਰੀ ਦੇ ਵਿੱਚ ਭੰਗ ਮਿਲੂਗੀ। ਉਸ ਨੂੰ ਵੀ ਪਲੈਨ ਕਰਕੇ ਪੂਰੇ ਭਾਰਤ ਦੇ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪਾਉਣ ਵਾਸਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਹਿੰਦੂਆਂ, SC BC SC ST ਜੈਨੀ ਬੋਧੀਆਂ ਔਰ ਜਿੰਨੀਆਂ ਵੀ ਮਾਇਨੋਰਟੀਜ਼ ਨੇ ਉਹਨਾਂ ਨੂੰ ਦਹਿਸ਼ਤ ਉਹਨਾਂ ਦੇ ਉੱਤੇ ਪਾਉਣ ਵਾਸਤੇ ਇਹ ਸਿੰਘੂ ਬਾਰਡਰ ਦੇ ਉੱਤੇ ਉਦੋਂ ਕਤਲ ਕੀਤਾ ਗਿਆ। ਇਹ ਬਹੁਤ ਵੱਡੀ ਇੱਕ ਸੋਚੀ ਸਮਝੀ ਸਾਜਿਸ਼ ਹੈ। ਔਰ ਉਹ ਬੱਚੇ ਨੂੰ ਪੂਰਾ ਪਲੈਨਿੰਗ ਕਰਕੇ ਲਿਆਂਦਾ ਗਿਆ, ਅਤੇ ਜੋ ਇਹ ਮੰਗੂ ਮੱਠ ਦੁੱਕੀ ਦਾ ਮੰਗਤਾ, ਡਿਜੀਟਲ ਮੰਗਤਾ, ਧਾਰਮਿਕ ਮੰਗਤਾ, ਧਾਰਮਿਕ ਗੁੰਡਾ, ਅੱਤਵਾਦੀ, ਦਹਿਸ਼ਤਗਰਦ, ਇਹ ਇਹਨਾਂ ਨੇ ਪੂਰਾ ਪਲੈਨਿੰਗ ਕਰਕੇ, ਜਿੰਨੇ ਵੀ ਇਹਨਾਂ ਦੇ ਸਾਥੀ ਸਨ, ਵੀਡੀਓ ਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਸੁਣਿਆ ਕਿ ਉਸ ਬੱਚੇ ਦੇ ਕੋਲੋਂ ਧਮਕਾ ਕੇ, ਉਹਦੇ ਮੂੰਹ ਦੇ ਵਿੱਚ ਸ਼ਬਦ ਪਾ ਕੇ ਉਹਦੇ ਕੋਲੋਂ ਬੁਲਵਾਇਆ ਜਾ ਰਿਹਾ ਸੀਗਾ। ਅਸੀਂ ADGP ਸਾਹਿਬ ਨੂੰ, ਪੁਲਿਸ ਪ੍ਰਸ਼ਾਸਨ ਨੂੰ, DGP ਸਾਹਿਬ ਨੂੰ, ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇ ਔਰ ਉਸ ਬੇਦੋਸ਼ੇ ਬੱਚੇ ਜਿਹਦਾ ਕਤਲ ਕਰ ਦਿੱਤਾ ਗਿਆ ਵਿਸ਼ਾਲ ਕਪੂਰ ਦਾ, ਉਹਦੀ ਆਤਮਾ ਨੂੰ ਇਨਸਾਫ ਮਿਲ ਸਕੇ। ਅਗਰ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਜਲਦੀ ਕੀਤਿਆਂ ਇਹਨਾਂ ਜਿਹੜੇ ਗੁਨਾਹਗਾਰ ਨੇ ਇਹਨਾਂ ਦੇ ਉੱਤੇ 304 ਨਹੀਂ 302 ਧਾਰਾ ਬਣਦੀ ਆ। ਅਗਰ ਪ੍ਰਸ਼ਾਸਨ 302 ਧਾਰਾ ਨਹੀਂ ਲਾਉਂਦੀ, 304 ਲਾਉਂਦੀ ਹੈ। 304 ਦਾ ਮਤਲਬ ਇਹ ਆ ਵੀ ਸੈਲਫ ਡਿਫੈਂਸ ਵਾਸਤੇ ਕਿਸੇ ਨੂੰ ਮਾਰ ਦੇਣਾ।
ਲੇਕਿਨ ਮੈਨੂੰ ਪੂਰਾ ਪ੍ਰਸ਼ਾਸਨ ਦੇ ਉੱਤੇ ਪੂਰਾ ਯਕੀਨ ਹੈ, ਪੰਜਾਬ ਪੁਲਿਸ ਦੇ ਉੱਤੇ ਪੂਰਾ ਯਕੀਨ ਹੈ, ਭਾਰਤ ਦੇ ਸੰਵਿਧਾਨ ਦੇ ਉੱਤੇ ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ਉਸ ਗੁਨੇਗਾਰ ਮੰਗੂ ਮੱਠ ਨੇ ਵੀਡੀਓ ਪਾ ਕੇ ਦੁਨੀਆ ਨੂੰ ਇਹ ਗੱਲ ਦੱਸੀ ਆ ਹੀਰੋ ਬਣਨ ਵਾਸਤੇ ਕਿ ਮੈਂ ਇਸ ਨੂੰ ਮਾਰ ਦਿੱਤਾ, ਬਹੁਤ ਵੱਡੀ ਕੱਦੂ ਦੇ ਵਿੱਚ ਤੀਰ ਮਾਰ ਦਿੱਤਾ, ਨਿਹੱਥੇ ਦੇ ਉੱਤੇ ਸਿੰਘ ਕਦੀ ਵਾਰ ਨਹੀਂ ਕਰ ਸਕਦਾ, ਅਸਲੀ ਸਿੱਖ ਅਸਲੀ ਸਿੰਘ ਕਦੀ ਨਿਹੱਥੇ ਦੇ ਉੱਤੇ ਵਾਰ ਨਹੀਂ ਕਰ ਸਕਦਾ, ਕਦੀ ਵਿਦੋਸ਼ੀ ਦੇ ਉੱਤੇ ਵਾਰ ਨਹੀਂ ਕਰ ਸਕਦਾ। ਸੋ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਇਹ ਮੇਰੇ ਹਿੰਦੂ ਭਰਾਵੋ, ਇਹ ਮੇਰੇ ਮੁਸਲਮਾਨ ਭਰਾਵੋ, ਇਹ ਮੇਰੇ ਜੈਨੀ ਬੋਧੀ ਐਸ ਸੀ ਐਸ ਟੀ ਭਰਾਵੋ, ਜਿਹੜੇ ਧਾਰਮਿਕ ਸਥਾਨਾਂ ਦੇ ਵਿੱਚ ਬੇਅਦਬੀਆਂ ਦੇ ਇਲਜ਼ਾਮ ਲਾ ਕੇ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਆ, ਮੈਂ ਅਤੇ ਮੇਰੇ ਬੱਚੇ ਅਸੀਂ ਗੁਰੇਜ਼ ਕਰਾਂਗੇ। ਦੇਖੋ ਸਾਡੇ ਮਹਾਂਪੁਰਸ਼ ਗੁਰਬਾਣੀ ਦੇ ਵਿੱਚ ਉਹ ਫਰਮਾਉਂਦੇ ਨੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸੋ ਮਹਾਂਪੁਰਸ਼ਾਂ ਦੀ ਜਿਹੜੀ ਬਾਣੀ ਆ, ਅਸੀਂ ਖਾਲੀ ਧਾਰਮਿਕ ਸਥਾਨਾਂ 'ਚ ਜਾ ਕੇ ਉਹਨਾਂ ਨੂੰ ਮੱਥਾ ਟੇਕ ਕੇ ਗੋਲਕ 'ਚ ਪੈਸਾ ਨਹੀਂ ਪਾਉਣਾ, ਕਿਉਂਕਿ ਇਹ ਬਿਜ਼ਨਸ ਇਮੋਸ਼ਨਲ ਬਿਜ਼ਨਸ ਸੈਂਟਰ ਬਣਾਏ ਹੋਏ ਆ ਕੁਛ ਧਰਮ ਦੇ ਠੇਕੇਦਾਰਾਂ ਨੇ, ਗੋਲਕਾਂ ਦੇ ਲੁਟੇਰਿਆਂ ਨੇ।